ਸਤਿ ਸ਼੍ਰੀ ਅਕਾਲ ਬੇਬੇ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬੇਬੇ। ਸਤਿ ਸ਼੍ਰੀ ਅਕਾਲ। ਲਿਆਏ ਨਹੀਂ ਮੇਰੀ ਦਵਾਈ? ਮੈਂ ਸੁਣ ਕੇ ਆਦੀ ਮੇਰੀ ਦਵਾਈ ਲਿਆ ਤੇ ਮੇਰਾ ਸਿਰ ਵਾਲਾ ਦੁਖੀ ਜਾਂਦਾ। ਮੈਂ ਤਾਂ ਭੁੱਲ ਗਿਆ। ਭੁੱਲ ਗਿਆ? ਮੈਂ ਸੁਣ ਸਪੈਸ਼ਲ ਫੋਨ ਕਰਿਆ ਵੀ ਮੇਰੀ ਦਵਾਈ ਲੈ ਕੇ ਆਇਓ, ਮੇਰਾ ਸਿਰ ਵਾਲਾ ਦੁਖੀ ਜਾਂਦਾ। ਭੁੱਲਿਓ ਨਾ ਮੇਰੀ ਦਵਾਈ। ਸ਼ਰਾਬ ਪੀਣੀ ਤਾਂ ਭੁੱਲੇ ਨਹੀਂ ਤੁਸੀਂ ਯਾਰਾਂ ਦੋਸਤਾਂ ਨਾਲ। ਸੁਣ ਮਾੜੀ ਮਾਟੀ ਮੇਰੀ ਪਰਵਾਹ ਹੈਗੀ ਐ? ਜਿਹੜੀ ਚੀਜ਼ ਮੰਗਾਵਾਂ ਉਹੀ ਭੁੱਲ ਆਉਂਦੇ ਨੇ। ਘੱਟੋ ਘੱਟ ਮੇਰੀ ਦਵਾਈ ਤਾਂ ਯਾਦ ਰੱਖ ਲਿਆ ਕਰੋ। ਉਹ ਦਵਾਈ ਯਾਦ ਰੱਖਣ ਨੂੰ ਤੇਰੀ ਪੱਕੀ ਦਵਾਈ ਲੱਗੀ ਐ? ਕਾਹਨੂੰ ਪੱਕੀ? ਪਰਮਾਤਮਾ ਕਿਸੇ ਨੂੰ ਲਾਵੇ? ਪਰ ਬੰਦੇ ਨੂੰ ਕਰੇ ਤਾਂ ਲੋੜ ਪੈ ਜਾਂਦੀ ਹੈ ਦਵਾਈ ਦੀ। ਮੇਰਾ ਸਿਰ ਤੜਕਿਆ ਦੁਖੀ ਜਾਂਦਾ, ਬੁਰਾ ਹਾਲ ਹੋਇਆ ਪਿਆ ਮੇਰਾ, ਫਟਣ ਵਾਲਾ ਹੋ ਰਿਹਾ ਸਿਰ। ਤਾਂ ਹੀ ਮੈਂ ਤੁਹਾਨੂੰ ਫੋਨ ਕਰਿਆ ਸੀ ਵੀ ਮੇਰੀ ਦਵਾਈ ਲਿਆ ਦਿਓ। ਉਹ ਵੀ ਨਹੀਂ ਤੁਸੀਂ ਲਿਆ ਸਕੇ। ਸ਼ਰਾਬ ਪੀਣਾ ਤੁਸੀਂ ਭੁੱਲੇ ਨਹੀਂ ਹੈਗੇ। ਬਕਵਾਸ ਨਾ ਮਾਰੀ ਜਾ ਮੇਰੀ ਸਾਲੇ ਦੀ। ਤੂੰ ਮੇਰੀ ਸ਼ਰਾਬ ਤੋਂ ਕੀ ਲੈਣਾ? ਨਹੀਂ ਭੁੱਲਿਆ ਮੈਂ ਤਾਂ, ਦੱਸ। ਉਹ ਤਾਂ ਪਤਾ ਹੀ ਹੈ, ਯਾਰਾਂ ਦੋਸਤਾਂ ਦੀ ਮਹਿਫਲਾਂ ਜ਼ਰੂਰੀ ਨੇ ਤੁਹਾਨੂੰ, ਹੋਰ ਨਹੀਂ ਕਿਸੇ ਦੀ ਪਰਵਾਹ ਹੈਗੀ। ਕੋਈ ਮਰੇ ਕੋਈ ਜੀਵੇ। ਹਾਂ ਨਹੀਂ ਪਰਵਾਹ, ਬਸ ਦੱਸ। ਜੇ ਨਹੀਂ ਪਰਵਾਹ ਹੈਗੀ ਫਿਰ ਮੇਰੇ ਨਾਲ ਵਿਆਹ ਕਿਉਂ ਕਰਵਾਇਆ ਤੀ? ਬਸ ਕਰਾ ਲਿਆ। ਜੇ ਤੇਰਾ ਜੀ ਕਰਦਾ ਵਗ ਜਾ, ਤੁਰ ਜਾ ਪੇਕਿਆਂ ਨੂੰ ਬਸ਼ੱਕ, ਮੈਨੂੰ ਕੋਈ ਚੱਕਰ ਨਹੀਂ। ਪਕਾਈ ਮਾਰੀ ਜਾਂਦੇ ਸਾਲੀ ਕੁੱਤੇ ਵਾਲੀ। ਪਕਾਈ ਤੁਸੀਂ ਮਾਰਦੇ ਹੋ? ਮੈਂ ਪਕਾਈ ਮਾਰਦਾ? ਮੂਰੇ ਬੋਲ, ਮੂਰੇ ਬੋਲ ਜੀ, ਮੂਰੇ ਬੋਲ ਜੀ, ਮੂਰੇ ਬੋਲਦੀ ਹੈ, ਕੱਲ ਨੂੰ ਫੇਰ ਬੋਲੂ। ਕੋਈ ਗੱਲ ਨਹੀਂ ਪਾਲ, ਚੁੱਪ ਕਰ ਜਾ। ਹਾਂ ਮੇਰੇ ਮੁੱਕੀਆਂ ਮਾਰੀਆਂ ਬੇਬੇ। ਇੱਕ ਮੇਰਾ ਪਹਿਲੇ ਹੀ ਸਾਰੇ ਦੰਦਾਂ ਸਿਰ ਧੁਕੀ ਜਾਂਦਾ ਸੀ। ਹਾਂ ਚੰਗਾ, ਠੀਕ ਹੈ, ਚੰਗਾ। ਸਤਿ ਸ਼੍ਰੀ ਅਕਾਲ ਬੇਬੇ। ਸਤਿ ਸ਼੍ਰੀ ਅਕਾਲ ਪੁੱਤਾ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਆ ਜਾਓ ਬਹਿ ਜਾਓ, ਮੈਂ ਦੂਜਾ ਬੰਦਾ ਦੇ ਦਿੰਦੀ ਹਾਂ। ਘਣੀ ਡਿੱਗਣ ਲੱਗ ਗਈ ਕੋਈ ਕੋਈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਚਲ ਪਾਣੀ ਦਿਓ ਨੀ ਬੇਬੇ। ਪਾਣੀ ਲੈ ਹਣ ਦੇ ਸੁਖਪਾਲ, ਤੂੰ ਲੀੜੇ ਕੱਪੜੇ ਚੱਕ ਚੱਲ ਚੱਲੀਏ। ਕੀ ਗੱਲ ਹੋ ਗਈ ਭੈਣ ਜੀ? ਨਾ ਗੱਲ ਦਾ ਤੁਹਾਨੂੰ ਪਤਾ ਹੀ ਨਹੀਂ ਭੈਣੇ, ਤੀਜੇ ਦਿਨ ਤਾਂ ਮੇਰੀ ਕੁੜੀ ਨੂੰ ਕੁੱਟ ਸਿੱਟਦਾ। ਇਹ ਕੋਈ ਗੱਲ ਹੋਈ? ਕਿੰਨਾ ਚਿਰ ਹੋ ਗਿਆ ਇਹਦੇ ਮੂੰਹ ਕੰਨੀ ਦੇਖਦਿਆਂ ਨੂੰ। ਜੇ ਮੈਂ ਕੁੜੀ ਨੂੰ ਲੈ ਜਾਂਦੀ ਹਾਂ ਉਰੋਂ, ਮੰਗਣੀ ਲੈਣ ਆ ਜਾਂਦਾ, ਅੱਗੇ ਮੇਰੇ ਨਾਲ ਤੋਰ ਦਿਓ। ਲੱਛਣ ਆਪਦੇ ਛੱਡਦਾ ਨਹੀਂ। ਕੋਈ ਗੱਲ ਨਹੀਂ ਭੈਣ ਜੀ, ਹੁਣ ਤਾਂ ਇਹਨੂੰ ਬਹੁਤ ਸਮਝਾਇਆ ਹੈਗਾ। ਕੱਲ੍ਹ ਮਾੜਾ ਜਿਹਾ ਕਲੇਸ਼ ਹੋ ਗਿਆ, ਬਸ ਇੰਨੇ 'ਚ ਮਾੜਾ ਮੋਟਾ ਤੂੰ ਤੂੰ ਮੈਂ ਹੋਊਗੀ। ਤੂੰ ਤੂੰ ਮੈਂ ਕਾਹਦੀ ਹੋ ਗਈ ਸੀ? ਕੁੜੀ ਦਾ ਤਾਂ ਤੜਕੇ ਦਾ ਸਿਰ ਦੁਖੀ ਜਾਂਦਾ ਸੀ, ਇਹਨੇ ਤਾਂ ਦਵਾਈ ਮੰਗਾਈ ਸੀ, ਦਵਾਈ ਤਾਂ ਕਾਹਦੀ ਲਿਆਉਣੀ ਸੀ? ਆ ਕੇ ਸਮਾਂ ਦੀ ਇਹਨੂੰ ਕੁੱਟਣ ਲੱਗ ਗਿਆ ਸ਼ਰਾਬੀ ਹੋਇਆ। ਨਾ ਹੁਣ ਤਾਂ ਮੈਂ ਪੱਕਾ ਫੈਸਲਾ ਕਰਕੇ ਹਟੂ ਭਾਈ। ਚੱਲ ਸੁਖਪਾਲ, ਲਿਆ ਕੱਪੜੇ ਆਪਦੇ ਚੱਲੀਏ। ਨਾ ਨਾ ਭੈਣ ਜੀ, ਐਂ ਨਹੀਂ ਕਰਦੇ ਹੁੰਦੇ। ਕੋਈ ਨਾ, ਇਹਨਾਂ 'ਚ ਮਾੜੀ ਮੋਟੀ ਗੱਲ ਹੋ ਗਈ, ਆਪਾਂ ਨੇ ਗੱਲ ਨੂੰ ਵਧਾਉਣਾ ਨਹੀਂ। ਨਾ ਮੇਰੀ ਗੱਲ ਸੁਣ ਭੈਣੇ, ਆਈ ਵਾਰ ਮਾੜੀ ਮੋਟੀ ਗੱਲ ਹੁੰਦੀ ਹੈ, ਸਾਨੂੰ ਕਿੰਨਾ ਚਿਰ ਹੋ ਗਿਆ ਇਹਦੇ ਮੂੰਹ ਕੰਨੀ ਦੇਖਦਿਆਂ ਨੂੰ। ਇਹ ਆਪਦੀਆਂ ਆਦਤਾਂ ਜਮੀ ਨਹੀਂ ਸੁਧਾਰਦਾ। ਜਦਾਂ ਐਂ ਹੋਏ ਮਾਸੀ, ਇੱਕ ਵਾਰੀ ਹੋਵੇ, ਦੋ ਵਾਰੀ ਹੋਵੇ, ਕਿੰਨੇ ਵਾਰੀ ਹੋ ਗਿਆ, ਬੰਦਾ ਉਮਰ ਦੇ ਹਿਸਾਬ ਨਾਲ ਹੀ ਸੁਧਰ ਜਾਂਦਾ ਹੈ ਨਾ। ਜੇ ਇਹਨੇ ਨਹੀਂ ਸੁਧਰਨਾ ਸੀ ਫਿਰ ਵਿਆਹ ਕਿਉਂ ਕਰਾਇਆ ਨਾ ਸਾਡੀ ਕੁੜੀ ਨਾਲ? ਦਵਾਈ ਹੋਰ ਕਿਤੋਂ ਮੰਗਾਵੇ ਇਹ? ਇਸੇ ਨੂੰ ਕਹੂਏ ਤਾਂ ਇਹਨੂੰ ਤਾਂ ਸ਼ਰਾਬ ਜ਼ਰੂਰੀ ਹੋ ਗਈ। ਫਿਰ ਸੁਧਰਨਾ ਤਾਂ ਕੀ ਤੀ, ਸਮਾਂ ਦਿਨੋਂ ਦਿਨ ਵਿਗੜਦੀ ਤੋਂ ਰਹਿ ਜਾਂਦਾ। ਕਮਾਲ ਹੋ ਗਈ ਜਮੀ। ਸਤਿ ਸ਼੍ਰੀ ਅਕਾਲ ਬੇਬੇ। ਸਤਿ ਸ਼੍ਰੀ ਅਕਾਲ। ਕਿਹੋ ਜਿੱਤੇ? ਠੀਕ ਆ। ਕਦੋਂ ਆਈ ਤੀ? ਹੁਣੀ ਆਈ ਤੀ। ਤਾਂ ਉਹ ਕੀ ਚੱਕਰ ਪਾ ਲਿਆ ਪਤੰਦਰਾ, ਕਿੰਨੇ ਵਾਰੀ ਤੈਨੂੰ ਸਮਝਾ ਲਿਆ, ਤੂੰ ਆਪਦੀ ਆਦਤਾਂ ਨਹੀਂ ਛੱਡਦਾ। ਉਹ ਮੈਂ ਕੀ ਨਹੀਂ ਆਦਤਾਂ ਛੱਡਦਾ, ਇਹਨੂੰ ਵੀ ਮਾੜਾ ਮੋਟਾ ਸਮਝਾਓ। ਮੂਹਰੇ ਬੋਲਦੀ ਹੈ ਮੇਰੇ, ਬੋਲਣ ਲੱਗੀ ਅੱਗਾ ਪਿੱਛਾ ਦੀ ਦੇਖਦੀ।
ना मैं की मूरे बोल दी हूं जो मैं दवाई मंगाई है पुछण तो मैं हैगी थी जसे गल थोड़ी होंगी है तीजे दिन साड़ी कुड़ी कुट सिड़ दे तू तो साड़ी नरमाई का नजायज ही फायदा लैना है तेरे नाल तोड़ दिने ना हरेक बारी ता कुटद बेबे फिर तुम इन माड़ा मोटा समझाओ किड्डी की गल हो गई जी मैं दवाई भुले आया थी ये मेरे खेबड़ नहीं लग गई तू एक बारी नहीं भुल के आया कदे कोई चीज लिया के दिती है जिहड़ी इन्हें मंगाई है कदे किसी गल की तो जिम्मेवारी समझी है तेन तो बस शराब चाहिए कली डक लेना आराम नाल मेरी शराब ते आ चढ़दा जिहड़ा कोई जी है मैं दस किसी तो मंग के पीना आपदी पीना मैं मैनु शराब पीन तो कोई नहीं रोक सकता हाँ ना तो तेन कोई शराब पीन तो रोक सकता ना शराब पी के तेन सुखपाल कुटन तो रोक सकता कोई तू तो काका फिर खेड ही बना ली ना है ना फिर मेरे मूहरे ना बोलिया करे मेरा तो फिर दिमाग खराब हो जाता सीधी गल है दिमाग तो फिर सारे भी खराब हो जाता भाई अच्छा अच्छा की ये ना समझी सुखपाल के मगर मूहरे कोई है नहीं साड़ी कुड़ी है सिटी नहीं हैगी असी भी इनू जिमें मर्जी कुट्टी मारी जाऊंगे अच्छा फिर की हो जू फिर की होना ती लग जू पता हूँ साढ़े भी बर्दाश्त तो बहर हो रही है गल अच्छा धमकी जी देने की कोशिश ना कर मैं मैं डर डर नहीं है किसी तो मैं डर नहीं मारा किसी का डर फिर मैं भी नहीं मारा किसी का चल चुप कर जीत्या लै सुखपाल कपड़े चलिए ले जाओ फिर मैं की कहना ले जाओ मैनू नहीं परवाह जा सुखपाल लिया जाके कपड़े परवाह ही नहीं है तेन जा लिया परवाह नहीं हैगी नहीं हैगी जो ले जो चक ले जो कोई हाथ नहीं बंदा जा चक ले मैं खड़ी की देखी नहीं है कपड़े जो बंदा कही जाता है आहो मेरी गल सुन भैने आप गल ना बधाईए ना गल की ना बधाईए गल तो बधी पई है भैने किन्ने चिर का रंडी लाना चली जाता है असि तो पछताने छोटी कुड़ी ब्याह के का तो ब्याहनी थी फिर उरे बेबे किसी चंगी थां ते ब्याहना थी उन्हों सानू तो पता ही नहीं सी साथों गलती हो गई नहीं असी जे पता हुंदा सी कित्थे करना सी इत्थे एदो असी कुड़ी नूं खुशी ने धक्का देन दे हुण दे दो धक्का हुण की हो गया ल देख लै शर्म हैगी इहनूं अके हुण दे दो धक्का देख ला गल्लां करदा तां मैनूं काहदी शर्म फिर जे सुनूं नहीं रही बेबे चल चुप कर जस्से चल छड्डो भैण जी कोई गल नहीं असीं गल सुलझा लांगे घरे बैठ के बहुत बारी सुलझा ली गल इह बंदा नहीं बन सकता असीं तां लै के जावांगे भैण जी आपदी कुड़ी नूं ले जाओ फिर मैनू नहीं परवाह चल कोई ना कोई ना कोई ना फिर आ जा सुखपाल आ गई पुत्त आ जा तू ऐ कर जीते ना मोटरसाइकिल ते बग चल मैं बस ते आनी आ जा भेने ना पुत सुखपाल कमरिया नहीं मार दें आ जा आ फट जीते बैग ले फटा मैनू फटा चलो ये सुधर नहीं है जो मेरी गल सुन ला कुड़िया सीधी होके ए बंदे ने बंदा ता बनना नहीं ऐतकी मैं तेनू पोले पैरी तोड़ना नहीं हैगा 20 बारी हो गया घट्टो घट इत्थे आ जांदा तेनू मिठे पोचे मार के लै जांदा उत्थे जाके फिर ओही लक्षण ਹੋਰ ਬਾਈ ਮੇਰਾ ਸਾਰੇ ਦਿਨ ਦਾ ਨਾ ਸਿਰ ਦੁਖੀ ਜਾਂਦਾ ਤੀ ਹੁਣ ਦਵਾਈ ਤਾਂ ਮੰਗਾਉਣੀ ਆ ਤੀ ਨਾਲੇ ਮੈਂ ਫੋਨ ਕਰਕੇ ਕਿਹਾ ਵੀ ਮੇਰਾ ਸਿਰ ਵਾਲਾ ਦੁਖੀ ਜਾਂਦਾ ਦਵਾਈ ਕਿਤੇ ਭੁੱਲ ਨਾ ਜਾਇਓ ਇਹ ਬੰਦੇ ਨੇ ਫਿਰ ਉਹੀ ਕੰਮ ਕਰਿਆ ਇਹਦਾ ਕੋਈ ਘਰੇ ਧਿਆਨ ਹੋਵੇ ਤਾਂ ਫੇਰ ਹੀ ਹੈ ਇਹਦਾ ਤਾਂ ਸ਼ਰਾਬ ਤਾਂ ਹੀ ਮਤਲਬ ਹੈ ਬਸ ਕਬੀਲਦਾਰੀ ਕਰਨੀ ਤਾਂ ਧਿਆਨ ਹੀ ਨਹੀਂ ਇਹਦਾ ਹੈਗਾ ਇਹਨੂੰ ਤਾਂ ਯਾਰਾਂ ਦੋਸਤਾਂ 'ਚ ਸ਼ਰਾਬ ਪੀਣ ਨੂੰ ਮਿਲ ਜੇ ਉੱਥੇ ਕਹੀ ਤਾਂ ਜਾਂਦਾ ਸੀ ਵੀ ਮੈਂ ਕਿਹੜਾ ਕਿਸੇ ਦੀ ਪੀਨਾ ਮੈਂ ਤਾਂ ਆਪਦੀ ਪੀਨਾ ਪਤਾ ਹੀ ਇਹ ਕਿਹੜੀ ਪੀਂਦਾ ਉਹ ਪਤੀ ਹੈ ਬੇਬੇ ਮੈਨੂੰ ਦੱਸਿਆ ਮੈਨੂੰ ਕਈ ਬੰਦਿਆਂ ਨੇ ਸ਼ਰਾਬ ਦਾ ਤਾਂ ਬੜਾ ਲਾਲਚੀ ਇਹ ਆਪਦੇ ਲੋਕ ਤਾਂ ਪੰਜੀ ਕੱਢ ਕੇ ਰਾਜੀ ਨਹੀਂ ਇਹ ਇਹਨੂੰ ਫ੍ਰੀ ਨਹੀਂ ਮਿਲ ਜੇ ਹਲਕਿਆਂ ਵਾਂਗੂ ਡਿੱਗਦਾ ਹਾਂ ਪਤਾ ਹੈ ਮੈਨੂੰ ਇਹ ਤਾਂ ਬਾਲੀ ਮਾੜੀ ਨੀਤ ਦੇ ਨੇ ਮਾਂ ਪੁੱਤ ਇਹ ਤਾਂ ਕੋਲੋਂ ਆਪਦੀ ਪੰਜੀ ਨਹੀਂ ਕੱਢ ਕੇ ਰਾਜੀ ਇੰਨੇ ਕੰਜੂਸ ਨੇ ਹੁਣ ਮੈਂ ਦੱਸਦਾ ਕੁੜੀਏ ਹੁਣ ਇਹਨਾਂ ਦੀਆਂ ਗੱਲਾਂ ਤੇ ਨਾ ਤੀਜੀ ਤੂੰ ਠੀਕ ਹੈ ਬੇਬੇ ਇੱਕ ਤਾਂ ਤੂੰ ਮਾਰ ਲੱਗ ਜਾਣਾ ਜੱਸੇ ਉਹਦੇ ਮਾੜੀ ਜੀ ਗੱਲ ਤੋਂ ਇੰਨੀ ਗੱਲ ਵਧਾਤੀ ਮੇਰੀ ਪੀਤੀ ਤੀ ਬੇਬੇ ਮੂਹਰੇ ਬੋਲਣ ਲੱਗ ਗਈ ਮੇਰੇ ਮੈਥੋਂ ਫਿਰ ਵੱਜੀ ਮੈਂ ਕੀ ਕਰਾਂ ਗੁੱਸਾ ਆ ਗਿਆ ਮੈਨੂੰ ਮਾਰੀ ਦਾ ਨਹੀਂ ਹੁੰਦਾ ਜੇ ਹੁਣ ਆਪਾਂ ਉਹਨੂੰ ਲੈਣ ਜਾਵਾਂਗੇ ਤਾਂ ਉਹਦੀ ਮਾਂ ਮੂਹਰੋਂ 20 ਗੱਲਾਂ ਸੁਣਾਊ ਇਹੋ ਜਿਹਾ ਉਹਦਾ ਭਾਈ ਹੈ ਉਹ ਤਾਂ ਪਤਾ ਹੈ ਮੈਨੂੰ ਤੂੰ ਹੁਣ ਮੇਰੀ ਗੱਲ ਸੁਣ ਹੁਣ ਤੂੰ ਉਹਨੂੰ ਫੋਨ ਫਾਨ ਤੇ ਮਨਾ ਲੈ ਕਿਸੇ ਲੋਟ ਲਿਆਉਣੀ ਤਾਂ ਉਹ ਆਪਾਂ ਨੂੰ ਪਊਗੀ ਹੁਣ ਕੋਈ ਗੱਲ ਨਹੀਂ ਮੈਂ ਕਰੂੰਗਾ ਫੋਨ ਤੇ ਗੱਲ ਆਹੋ ਕਰ ਲਈ ਚੰਗਾ ਕਰ ਲੂੰਗਾ ਨਾਲੇ ਹੁਣ ਜਾਵੇਂਗਾ ਤੋਰੀਆਂ ਤੋੜ ਲਿਆਈ ਫਿਰ ਆਥਣੇ ਆ ਕੇ ਕਹਿ ਦੇਣਾ ਮੈਂ ਮੂੰਗੀ ਨਹੀਂ ਖਾਂਦਾ ਤੋੜ ਦੂੰ ਲੱਗ ਰਹੀਆਂ ਤੋਰੀਆਂ ਹਾਂ ਭੁੱਲ ਨਾ ਜਾਈ ਕਿਤੇ ਤੋੜ ਲਿਆਈ ਫਿਰ ਮੈਥੋਂ ਨਹੀਂ ਛੇਤੀ ਦੇਣੇ ਬਣਦੀ ਕਾਸੇ ਦੀ ਦਾਲ ਨਾ ਛੇਤੀ ਮੂੰਗੀ ਰਿਜਦੀ ਆ ਫਿਰ ਨਾ ਨਾ ਤੋੜ ਲਿਉ ਕਵੇੜਾ ਹੋ ਜਾਂਦਾ ਕੱਲ ਤਾਂ ਉਹ ਕੱਖਾਂ ਵਾਲੀਆਂ ਲੈ ਗਈਆਂ ਤੋੜ ਕੇ ਕੱਲ ਵੀ ਲੱਗ ਰਹੀਆਂ ਸੀ ਖਾਸੀਆਂ ਹਾਂ ਸੁਨੇਹਾ ਆ ਜੀ ਮਾੜਾ ਜਿਹਾ ਮੱਛਰਾਂ ਤੋਂ ਕੋਈ ਨਹੀਂ
ਡਾਕਟਰ ਸੀ। ਕਮਾਲ ਹੈ ਯਾਰ, ਜਿਸ ਵਿਅਕਤੀ ਨੂੰ ਤੁਸੀਂ ਕਾਲ ਕਰ ਰਹੇ ਹੋ ਉਹ ਤੁਹਾਡੀ ਕਾਲ ਦਾ ਜਵਾਬ ਦੇਣ ਚ ਅਸਮਰਥ ਹੈ, ਕਿਰਪਾ ਕਰਕੇ। ਜਿਸ ਵਿਅਕਤੀ ਨੂੰ ਤੁਸੀਂ हेलो सुपाल। हाँ दसो। दसना तो की है और की करी जाती थी? कपड़े धोई जाती थी। अच्छा अच्छा, और ठीक ठाक ने सारे? हाँ ठीक ही ने। हाँ रुखा जा, कतो बोल दी है, छड़ हुण गुस्से नू, तू ऐ दस कदों लेना मैं तेनू? ना ना ना, मैं नहीं आ सकती। वो एवं कमली वाली मारते होंगे? नहीं मैं आ नहीं सकती है, चंगा बेबे आ गई। फोन ही कटता साली ने। बेबे आ गई कहती ले बेजे से कीता सी उनू फोन सुखपाल नु कीता ता हैगा ती बेबे ज्यादा गल जी नहीं हुई हैगी ते ओदी बेबे आ गई उ हजे मैनू लगदा अड़ी हुई है वो हजे आउंदी नहीं कहंदी है ना आउणा नहीं मैं उनू कहया मैं लेना वा कहंदी ना हजे नहीं आउणा ले दस मन ता हो जाऊगी तू ऐ करी एक अद्धे दिन तक फोन फेर लाई उनू करूंगा करूंगा बेबे दोबारे देखूंगा करके चंगा कर जैसे कही पहिया कही तो पहिया यार लेके जानी है। हाँ की कर दे कम या कर दे बट्टा बट्टा ये कर दे सी कही तो ले जा भरा फड़ा जा करूं फड़ा जाएंगे वो दोपहरे से अगर मैं इतने बाहर खड़काई जाना ना जिद लोड़ होंगी है और मौज ना तो सीधा अंदर पै जाने ऐ नहीं देखते भी चीज किसी की लियादी थी ले दस बाले माड़े परिवार नाल बाह पै गया बेबे अपना मैं तो ऐ हैराना भी जो जी करता ओदी कुट सिड़ दा इनू ते होर भी बारी हो गया ये कम पर ऐतकी कुड़ी में पोले पैरी नहीं तोरनी ना ना पोले पैरी क्यों तोरनी है आपां नूं हुण उहदा भेत आ गया आपां तां आराम नाल ही तोर दिंदे ते उह तां जरकदे ने कुट सिड़दा ले जाके ते होर मैं तां अचानकी फोन कर लिया बेबे मैनूं की पता ती वी सुखपाल हुण फेर आ रही है जदों तुसीं मैनूं दस्सिया मैं तुहानूं कहि वी इक तां तुसीं मैनूं दस्सदे पुछदे नहीं हैगे तां मैं अचानकी फोन कर लिया तुहानूं तां पता लग गया मैनूं नहीं मैनूं की पता लगदा सी हुण पुत तैनूं की दस्सीए जे तां इक अद्धे दिन दी गल होवे दस्सीए इह तां अठ नौ दिनां बाद कंजर कलेश पै जांदा है मैं आख्या चल तैनूं कानूं तंग करना है ले तंग करने वाली कड़ी गल है बेबे मैनू दस्या हुंदा मैं भी सोडे नाल जांदी मैं समार के शोत ला के आउंदी ओदी खेड मखौली बना रखे ने मैनू जीता कहंदा ता हैगा ती भी जसवीर भैण नू फोन कर दिए मैं ही रोकता मैं कहा चल उनू कानू तंग करना एवी भजूगी ले दस केड़ा किसे उपरे वास्ते भजना सी मेरी छोटी भैण दा मसला है जी असी नहीं खड़ांगे नाल होर कौन खड़ू एदे ताई ते चांबड़ा पिया हो हाँ ये तो है पुत कोई गल नहीं सुखपाल हजे तो जाना नहीं हुण तू पैर ना पट्टी जिन्ना चिर इह दिमाग ठिकाने ते नहीं आउंदा इहदा ठीक है भेने आज तू रहेंगी हाँ रहूंगी मैं कल हथन तक रहूंगी ठीक है भेने चल मैं काम कुम कर दी बेबे तुसी करो गल्ला फूसड़ा आंदा कुट कुट जवाकड़ी दा होर जिवें कोई मांगर मूरे नहीं हुंदा महा जमी नेरी लिया रखी है आ फिर चक्के मुंह कल्ली वग जन्नी आला कहना कल्ली होई है मां ते भाई केड़ा कोई होर हैगा नहीं ले जांदा हाड़े कढ के पैरी हथ ला के ले जांदा है हुण ले जावे फिर तोरांगे हुण हाँ दसो मेरी गल सुन गुस्सा थुक दे कल नू मैं तेनू लैन आऊंगा हैं मैं सोडे नाल हजे नहीं जा सकदी मेरी गल सुन सुखपाल सियाने बणीदा हुंदा किसे पिछे लाके आपदा घर नहीं पट्टी दे हुंदे मेरी गल सुन मियां बीबी च सौ गल्लां हो जांदियां निक्कियां मोटियां हैं तू आखे तां मैं तेथों माफ़ी मंग लैना आहो मंग लैने माफ़ी बहुत बारी हो गया तुसीं आपदियां आदतां नहीं छड्ड सकदे हुण तां मैनूं पक्का ही पता लग गया तुहाडा
मेरी गल सुन, तेनू मेरे शराब दा ही है ना, उस करके सारा कलेस पैंदा। मैं भुले होना जिहड़ी चीज़ तू मंगाई हुंदी है शराब दे नशे च। मैं हफ्ते च ना एक अद्धी वारी पी लिया करूँगा बस। बस कर रहण दे, अइयां जी गल्लां तुसीं 20 वारी कहतियां मैनू, कोई फायदा नहीं इन्हां गल्लां दा। मेरी गल सुन, इतकी मैं तेनू पक्का कहना, पहलां वाली गल्लां छड्ड दे तू। हुण देखी मैं तेनू कही दित्ता, जदों हफ्ते च बस एक अद्धी वारी पिया करूँगा बस। चल ठीक है, हुण कल नू मैं तेनू लैण आऊँगा, ठीक है। मेरी गल सुन, बेबे ते जीती नू समझा दी चंगा, वो मैनू ना कुछ बोलना। कल नू ना आए तुसीं, जसवीर भैण आई हुई है, कल नू आथन तक वग जूगी, परसों नू आ जाओ तुसीं। ठीक है ठीक है, चल चंगा। ठीक है, बेबे। हो होगी मेरी गल सुपाल नाल, मन गई हो। अच्छा हां, कहंदी कल नू ना ही परसों नू आ जी लेन। चल ओदी बड्डी भैण आई हुई है जसवीर। अच्छा हां, चल फिर तू आए करी परसों नू बग जी, नाले ओनू आए कह दंदा वी आपदे भाई नू ते आपदी मां नू समझा दे, किते तेनू उच्चा नीवा बोल पैणा ना। कहता मैं कहता ओनू, मैं इन्हां नू समझा दी, कहंदी कोई गल नहीं। चल ठीक है, होर चंगा पुत्त। होर मैं इत्थों भी कम नहीं हुंदे, गर्मी बाली हैगी, मसां गोडे दुखदे नाल रोटी पकाईए पुत्त। होर आ जाए सौगा आपदे घरे। चंगा बनी, चंगा चंगा भाई, ठीक है भाई। चंगा पुत्त मैं चढ़ाया कर लो कम, कर लेनी कम। हाँ कर लो कम, मैं चढ़ाया इतने, बस खड़ जूगी हूँ चढ़ाया। चल वधिया टाइम नाल बग जाएगी पुत्त। होर एक दिन ला गई। होर चल पुत्त, भाई वेले आने वाली है। बेबे जी तेनू भेज दी, चंगा मारे बेड़ा हूँ। हाँ कोई नहीं, होर बड़ा इतने खड़ा लैन गए भाई वेलो वाले बेचारे, आ जाते हैं तो हूँ आ जाएंगे लेके। बस आने वाली है, आप इतने बह जाने इतने। इतने तो ठंडी ठंडी हवा लगती है, होर गर्मी वाली करके, होर वाली गर्मी है। अच्छा तो उरी बह जाने, उरू चढ़ा लेंगे बेचारे, जो बेबे मैं सद्या इनू, तू ना कुछ बोल पी है मैनू। तू सद्या? हाँ मैनू फोन आया ती इहदा, कहना मैं तैनू लैण आउणा। सत श्री अकाल बेबे। सत श्री अकाल। होर जीते ठीक है भाई? चल अंदर ही बग चलो। अंदर नू की है, उरी बह जाने आ, वधिया हवा आउंदी है। आ डर दे मंजा। चलो उरे डर। जीते मेरी इन्हां नाल गल हो गई थी फोन ते इत्थे आउण बारे। अच्छा हां हां, मैं लैण आया सुपाल नूं। ना भाई जस्से, असीं तां चार बंदिआं च गल करांगे, गल करे बगैर नहीं असीं तोरना इहनूं। हां भाई चार बंदिआं च गल करे बगैर असीं नहीं तोरदे, ओहदे तां तूं कहिंदी मैनूं कोई परवाह ही नहीं। चल भाई चुप कर, मैं सद्दिआ इहनूं इत्थे, कोई ना पानी लिया, एक मिनट चुप कर। ये कोई गल थोड़ा होंगी है यार, उदे तो तू माड़ा मोटा भी नरवाई तो काम नहीं लिया, उदे तो सानू कहना मैनू कोई परवाह ही नहीं। लै जो वो चल गुस्से च सौ गल हो जाए ने, कई जाने गुस्से च है, ऐ थोड़ी है गलों, तो हम पक्की हो जाओ। गल सुन पुरत मेरी, असी चार बंद गल करे बगैर कुड़ी नू तोरना नहीं। मेरी गल सुन बेबे, आप भी चार बंदी हाँ, चार बंद ने की करना होर। मेरी तो सुपाल की गल हो गई, गलती मैं मन ली आपकी, सारा रौला मेरी शराब करके पैंदा, वो मैं अगे तो कंट्रोल कर लूँगा, हफ्ते च बस एक अद्धी बारी पिया करूँगा, वो भी छड़ दूँ हौली हौली।
ਸੁਖਪਾਲ ਨਾਲ ਵੀ ਗੱਲ ਹੋ ਗਈ ਤੀ ਮੇਰੀ, ਮੈਨੂੰ ਦੱਸਤਾ ਤੀ ਮੈਂ ਸ਼ਰਾਬ ਤਾਂ ਮੈਂ ਛੱਡ ਦੂੰਗਾ, ਇਹ ਨਹੀਂ ਮੈਂ ਬਾਹਲਾ ਚਿਰ ਪੀਂਦਾ, ਇਹਦੇ ਸਾਲਾ ਰੌਲੇ ਇਹਦਾ ਪੈਂਦਾ ਤੀ ਸਾਰਾ। ਇਹ ਗੱਲਾਂ ਤਾਂ ਤੂੰ ਪਹਿਲਾਂ ਹੀ ਬਹੁਤ ਵਾਰੀ ਕਹੀਆਂ ਨੇ ਬਾਈ। ਪਹਿਲਾਂ ਕਹੀਆਂ ਗੱਲਾਂ ਤੇ ਹੁਣ ਕਹੀਆਂ ਗੱਲਾਂ ਦਾ ਬਹੁਤ ਫਰਕ ਹੈ। ਸੁਖਪਾਲ ਤੈਨੂੰ ਮੇਰੇ ਤੇ ਵਿਸ਼ਵਾਸ ਹੈਗਾ ਨਾ? ਇਹਦੇ ਵਿਸ਼ਵਾਸ ਦਾ ਕੀ ਹੈ, ਸਾਨੂੰ ਤਾਂ ਬਾਈ ਪੂਰਾ ਵਿਸ਼ਵਾਸ ਨਹੀਂ। ਬੇਬੇ ਮੇਰੀ ਗੱਲ ਸੁਣ, ਇਹਨਾਂ ਨੇ ਹੁਣ ਮੈਨੂੰ ਪੱਕਾ ਕਹਿਤਾ ਵੀ ਮੈਂ ਰੋਜ਼ ਪੀਣੀ ਛੱਡ ਦੂੰਗਾ, ਹੁਣ ਤੁਸੀਂ ਮੈਨੂੰ ਜਾਣਦੇ ਹੋ। ਕਮਾਲ ਹੋ ਗਈ ਸੁਖਪਾਲ, ਤੂੰ ਇਹ ਤੇ ਫੇਰ ਵਿਸ਼ਵਾਸ ਕਰੀ ਜਾਂਦੀ ਹੈ, ਤੇਰੇ ਨਾਲ ਇਹਨੇ ਕਿੰਨੇ ਝੂਠੇ ਵਾਅਦੇ ਕਰੇ ਨੇ, ਕਿਸੇ ਗੱਲ ਤੇ ਖੜਦਾ ਏ। ਬੇਬੇ ਬਸ ਕਰੋ, ਹੁਣ ਬਥੇਰੀ ਬੇਇੱਜ਼ਤੀ ਕਰਤੀ ਮੇਰੀ ਹੁਣ। ਚੱਲ ਚੁੱਪ ਕਰ ਜਾ ਬੇਬੇ, ਹੁਣ ਮੈਂ ਕਿੰਨੇ ਕੁ ਦਿਨ ਇੱਥੇ ਬੈਠੀ ਰਹੂੰਗੀ, ਮੈਨੂੰ ਹੁਣ ਜਾਣ ਦਿਓ, ਕੋਈ ਨਾ ਤੁਸੀਂ ਫਿਕਰ ਨਾ ਕਰੋ। ਚੱਲ ਕੋਈ ਗੱਲ ਨਹੀਂ ਬੇਬੇ, ਜੇ ਭੈਣ ਨੇ ਜਿੱਦ ਫੜੀ ਲਈ ਹੁਣ ਜਾਣ ਦੀ ਤਾਂ ਜਾਣ ਦੇ, ਫਿਰ ਆਪੇ 'ਚ ਕਰ ਵੀ ਕੀ ਸਕਦੇ ਹਾਂ। ਤੁਸੀਂ ਕੀ ਕਰਨਾ ਜੀਤੇ, ਅਸੀਂ ਆਪਦਾ ਘਰ ਖੁਸ਼ੀ ਖੁਸ਼ੀ ਵਸਾਉਣਾ ਚਾਹੁੰਦੇ ਹਾਂ, ਹੈ ਘਰ ਵਾਰ ਕੋਈ ਵਾਲੀ ਵਾਰੀ ਥੋੜ੍ਹੀ ਬੰਨੇ ਜਾਂਦੇ ਹੁੰਦੇ ਨੇ ਕਿ ਨਹੀਂ ਸੁਖਪਾਲ? ਚੱਲ ਕੋਈ ਗੱਲ ਨਹੀਂ ਸੁਖਪਾਲ, ਤੇਰੀ ਮਰਜ਼ੀ ਹੈ ਪੁੱਤ, ਤੋਰ ਤਾਂ ਅਸੀਂ ਤੈਨੂੰ ਦੇਣਾ ਹੀ ਸੀ, ਪਰ ਚਾਰ ਬੰਦਿਆਂ 'ਚ ਗੱਲ ਹੋ ਜਾਂਦੀ ਜੇ ਵਧੀਆ ਰਹਿੰਦੇ। ਦੇਖ ਪੁੱਤ ਤੂੰ ਆਪਦੀ ਜ਼ਿੰਮੇਵਾਰੀ 'ਤੇ ਜਾਂਦੀ ਹੈ, ਹੁਣ ਫੇਰ ਨਾ ਚਾਰ ਕੁ ਦਿਨਾਂ ਬਾਅਦ ਮੈਨੂੰ ਫੋਨ ਖੜਕਾ ਦੀ। ਨਾ ਨਾ ਬੇਬੇ, ਫੋਨ ਤਾਂ ਇਹ ਕਰੂਗੀ ਤੁਹਾਨੂੰ, ਪਰ ਸੁੱਖ ਸਾਂਤ ਪੁੱਛਣ ਵਾਸਤੇ। ਬੇਫਿਕਰ ਹੋ ਜਾ ਤੂੰ, ਉਹ ਗੱਲਾਂ ਨਹੀਂ ਹੁੰਦੀਆਂ ਹੁਣ ਦੁਬਾਰੇ। ਹੁਣ ਚੱਲੀਏ ਸੁਖਪਾਲ, ਕੱਲ੍ਹ ਨੂੰ ਚੱਲੀਏ ਆਪਾਂ, ਦੇਖ ਲਓ। ਮੈਂ ਤਾਂ ਕਹਿਣਾ ਕੱਲ੍ਹ ਨੂੰ ਵਗ ਚੱਲਦੇ ਹਾਂ, ਅੱਜ ਬੇਬੇ ਅਤੇ ਦੀਤੇ ਦੀ ਨਾਲੇ ਤਸੱਲੀ ਕਰਾ ਦਈਏ। ਚੱਲ ਠੀਕ ਹੈ, ਸਵੇਰੇ ਵਗ ਜਾਂਦੇ ਨਹੀਂ ਹੈ ਨਾ ਜੀਤੇ? ਹਾਂ ਰਹਿ ਜਾਓ ਬਾਈ, ਕੋਈ ਗੱਲ ਨਹੀਂ, ਕੱਲ੍ਹ ਨੂੰ ਵਗ ਜਾਓ। ਹਾਂ ਮੈਨੂੰ ਤਾਂ ਤੇਰੇ 'ਤੇ ਗੁੱਸਾ ਚੜੀ ਨਾ ਸੁਖਪਾਲ, ਉਹੀ ਗੱਲ ਕਰਤੀ ਨਾ, ਪੁੱਛਾ ਨਹੀਂ ਗਿਣਾ ਨਹੀਂ ਸੱਦ ਲਿਆ ਇਹਨੂੰ। ਹੁਣ ਮੈਂ ਕੀ ਕਰਦੀ ਬੇਬੇ, ਫੋਨ 'ਤੇ ਬਾਹਲੀ ਮਿੰਨਤਾਂ ਕਰਨ ਲੱਗ ਗਿਆ। ਚੱਲ ਕੋਈ ਗੱਲ ਨਹੀਂ, ਕੀ ਆ ਇਹਦੀ ਕਿ ਸੁਧਰ ਹੀ ਜਾਵੇ। ਆਹੋ ਸੁਧਰ ਨਾ ਕਿਤੇ ਬੇਬੇ, ਫਿਰ ਧਰ ਉਹਦੀ ਮੂਹਰੀ ਬੋਤਲ ਕੱਢ ਕੇ ਹੁਣ। ਆਹੋ ਧਰ ਦੇ। ਹੋਰ ਲੈ ਬਾਈ ਫਿਰ ਕਰੀਏ ਮੂੰਹ ਕਬੜਾ। ਇਹ ਤਾਂ ਮੈਂ ਕਦੇ ਦੇਸੀ ਤਾਂ ਪੀਤੀ ਨਹੀਂ ਹੈਗੀ ਜੀਤੇ। ਅੱਛਾ ਫਿਰ ਬਾਈ? ਫਿਰ ਕੀ, ਮੈਂ ਤਾਂ ਅੰਗਰੇਜ਼ੀ ਪੀਂਦਾ ਹੁੰਦਾ। ਗਰਮੀ ਵਾਲੀ ਜ਼ਿਆਦਾ ਹੈ ਬਾਈ, ਮੈਂ ਤਾਂ ਆਪ ਜਿੱਦੇ ਮੂਡ ਜਿਹਾ ਹੋਵੇ ਇੱਕ ਦੋ ਪੇਗ ਲਾਉਣੇ ਹੋਣ ਏਸੀ ਦੀ ਲਾਉਣਾ ਹੁੰਦਾ। ਇਹ ਵਧੀਆ ਗਰਮੀ 'ਚ, ਇੱਕ ਤਾਂ ਨਹੀਂ ਡਿਗਰੀ ਥੋੜ੍ਹੀ ਜਿਹੀ ਘੱਟ ਹੁੰਦੀ ਹੈ, ਰਾਤ ਨੂੰ 11 ਕੁ ਵਜੇ ਲੈ ਜਾਂਦੀ ਹੈ, ਤੜਕੇ ਨੂੰ ਬੰਦਾ ਐਂ ਘੋੜੇ ਵਾਂਗੂ ਉੱਠਦਾ। ਅੰਗਰੇਜ਼ੀ ਦਾਰੂ ਤਾਂ ਪੀਣੀ ਗਰਮੀ 'ਚ ਬਾਹਲਾ ਔਖਾ ਹੈ ਬਾਈ ਕੰਮ। ਉਹ ਮੈਂ ਤਾਂ ਯਾਰ ਕਦੇ ਇਹ ਪੀਤੀ ਨਹੀਂ, ਮੈਂ ਤਾਂ ਅੰਗਰੇਜ਼ੀ ਪੀਂਦਾ ਹੁੰਦਾ, ਮੈਥੋਂ ਤਾਂ ਨਹੀਂ ਇਹ ਪੀਤੀ ਜਾਣੀ ਯਾਰ। ਅੱਛਾ ਚੱਲ ਕੋਈ ਨਾ ਬਾਈ, ਮੈਂ ਅੰਗਰੇਜ਼ੀ ਲਿਆਉਣਾ। ਪਹਿਲੀ ਅੰਗਰੇਜ਼ੀ ਲਿਆ ਤੂੰ, ਇਹਨੂੰ ਐਂ ਤਾਂ ਦੇਸੀ ਨਾਲ ਸਾਰ ਦਿਆਂਗੇ ਬਈ। ਉਹ ਕਦੇ ਇਕੱਠੀ ਲਿੱਤੀ ਸੀ ਡੱਬਾ ਡੱਬਾ ਇਹਨਾਂ ਨੇ 31 ਮਾਰਚ ਨੂੰ, ਕਿਹੜੀ ਨੇ ਪੀਣਾ। ਮੈਂ ਦੇਸੀ ਦੀ ਬੋਤਲ ਰੱਖੀ ਦੀ, ਕਹਿੰਦਾ ਮੈਂ ਤਾਂ ਇਹ ਕਦੇ ਪੀਤੀ ਨਹੀਂ, ਮੈਂ ਤਾਂ ਅੰਗਰੇਜ਼ੀ ਪੀਂਦਾ ਹੁੰਦਾ। ਨਾ ਦੇਸੀ ਤਾਂ ਇਹ ਪੀ ਲੈਣਾ ਹੁੰਦਾ। ਹਾਂ ਮੈਨੂੰ ਪਤਾ ਪੀ ਤਾਂ ਲੈਂਦਾ ਹੋਊਗਾ, ਹੁਣ ਅਗਲਾ ਸਹੁਰੀ ਆਇਆ ਦੇਸੀ ਕਿਉਂ ਪੀਊਗਾ, ਚੱਲ ਮੈਂ ਲਿਆਉਣਾ ਅੰਗਰੇਜ਼ੀ। ਇਸੇ ਕਰਕੇ ਤਾਂ ਰਿਹਾ ਤੀ ਇਹ ਗੱਲ, ਸ਼ਰਾਬ ਦੀ ਨਹੀਂ ਹੈਗੀ ਸੁਖਪਾਲ, ਗੁੱਸਾ ਤਾਂ ਮੈਨੂੰ ਇਸ ਗੱਲ ਦਾ ਹੈ ਵੀ ਤੂੰ ਸਾਡੀ ਕੁੜੀ ਨੂੰ ਤੰਗ ਕਰਦਾ, ਅਸੀਂ ਤੈਨੂੰ ਸ਼ਰਾਬਾਂ ਲਿਆ ਲੈ ਦੇਈਏ। ਮੈਂ ਸਮਝਦੀ ਹਾਂ, ਚੱਲ ਹੁਣ ਦੇਸੀ ਉਹ ਪੀ ਲੈਂਦਾ, ਘਰੇ ਵੀ ਇਹੀ ਪੀਂਦੇ ਜਿਹੜੀ ਸੰਤਰਾ ਸੁੰਤਰਾ ਜੀ ਹੁੰਦੀ ਹੈ। ਉਹੀ ਤਾਂ ਗੱਲ ਹੈ, ਜੀਤਾ ਕਹਿੰਦਾ ਤਾਂ ਹੈਗਾ ਤੀ ਵੀ ਅਗਲਾ ਸਹੁਰੀ ਆਇਆ ਸ਼ਰਾਬ ਵਧੀਆ ਹੀ ਮੰਗੂ। ਚਲੋ ਚੰਗਾ ਪੁੱਤ। ਚੰਗਾ ਹਾਂ ਚੰਗਾ ਜੱਸੇ, ਧਿਆਨ ਰੱਖੀ ਪੁੱਤ ਹੁਣ। ਹਾਂ ਵਧੀਆ ਰਹੀ ਮੇਰਾ ਪੁੱਤ, ਚਲੋ ਬਹਿ ਜਾਓ ਬਹਿ ਜਾ। ਠੀਕ ਹੈ ਠੀਕ ਹੈ ਜੀ।
आ गए पुत्त। हाँ बेबे। सत श्रीकाल बेबे। सत श्रीकाल पुत्त। सत श्रीकाल बेबे। सत श्रीकाल। इत्थे बह जा पुत्त, अंदर तो लाइट नहीं हैगी। लाइट है नहीं अपने? ना है नहीं, रात पड़ाके जे पै गए थोड़ा आसपरम तो। अच्छा। हाँ फिर मैं तो फिर कली करके फिर अंदर ही वेड़े जे च पई रही। अच्छा। मैं चल आके समार लूगा। फिर तू तो हूँ किनू सदना सीगा। होर आ फेसबुक मच गया होगा अपने वाला। हाँ। होर अपने है नहीं सी लाइट। फेस उड़ जांदा है तू पता नहीं की। होर पुत उथे सारे ठीक ठाक ते? हाँ बेबे ठीक ठाक ते सारे। चल वधिया हो गया पुत, जेड़ा तू आ गई ऐवें किसी दे मंगर लग के घर थोड़ा पटना उहदा। होर बेबे यही तो मैं समझा बना इहनू भी घर वारी वारी नहीं वसदे हुंदे, वारी वारी बनने घर औखे ने। ते होर चंगा पुत मैं पानी लियाउनी आ तुहाडी खातर। है सुखपाल? हाँ बेबे। मैं तो पुत तेन ऐ कहती सी, मेरी गल का गुस्सा तो मनी ना, तेरी बेबे नू थोड़ी जी मत घटी है। किमें बेबे? मेरे कहने का मतलब छेती हत्था पैर च आ जाती है, गल नू टकाउण की कोशिश नहीं करती हैगी, छेती कह दिंदी आके सीधे ही चल सुखपाल चक लिया कपड़े चलीए। ऐ नहीं करना चाहिए पुत उहनू, घर केड़ा बारी बारी वास्ते हुंदे ने, ओ कमली लाभ दी तीदा घर ही खराब करन फिरदी है। ना बेबे जदों इह मेरे नाल लड़दे ने बेबे नूं फिर गुस्सा आ जांदा है, इह वाले वारी हो गया ना इह। मैं तेरी गल समझदी आं पुत, जस्से नूं केड़ा मैं चंगा कहनी आ, पर तूं मेरी गल सुण, जे सोडे दोहां च लड़ाई हो जाए जे मैं करावां तां तेरी ही करवाउणी हुंदी आ। ना बेबे तेरे तां मैनूं कोई इतराज़ नहीं। हाँ पुत तूं इह ना समझी भी मैं आपदे आप नूं सस ते तैनूं आपदी नूं समझै, मैं तो तेन हमेशा आपकी धी हुई समझ है, तेरी बेबे तो बाद च है, हूँ पहला तेन मैं हाँ तू मेरे को ना। चल जस्सा चंगा है नहीं, मैं नहीं जस्से चंगा कहती, पर मैं सोडा घर नहीं पटना चाहती पुत, तू मेरे एक बार आखे लग जा कर, मैं तेरा कदे माड़ा नहीं सोचती पुत। पुत मैं तेन धी बना के लिया, धी बना के रखूँ, तेरी बेबे थोड़ी जी काले पै जाती है, पता नहीं क्यों सोडा तलाक करवाना चाहती है। तू भोली है पुत, माड़ा जा दिमाग नाल सोच, हुण भी तैनू आउण नहीं दिंदी थी, कहिंदी थी चार बंदिया च गल करके फिर तोरूंगी, लोकां ने तमासा लियाउणा ही हुंदा पुत, अगला कहिंदा अग लाओ तमासा देखांगे। हाँ इह गल तां तेरी सही है बेबे। मैं तैनू कोई भी गल गलत नहीं कहिंदी पुत, तू मेरी गल समझण की कोशिश कर, मेरी गल सुण पुत, मैं कदे दाज दूज की गल करी है तेरे नाल? ऐ दस पहला। ना बेबे। फिर मैनू कोई दाज दूज का लालच नहीं हैगा पुत, परमात्मा ने बथेरा कुछ दिता है, मैं तेरी बेबे की गल करदी हाँ समय की भी उहने तैनू छोटा जिहा फ्रिज देता, कूलर भी कोई खास वड्डा नहीं हैगा, तू मैनू ऐ दस पुत ये चीज़ां कम तो तेरी आउणियां थियां कि नहीं आउणियां थियां? हाँ बेबे मेरी कम आउणियां सी। घर का कम जदों तू करदी है तेरी कम आउणियां सी, कूलर भी सोडे कमरे च लग्गिया सोडा, मैं तो साडे वेले का पुराना कूलर वरतदी हाँ। हाँ बेबे आ फ्रिज की गल ला लै किन्ना समान वध जांदा अपना फ्रिज च, फ्रिज छोटा रह जांदा है, कदे ना कदे तो आपां नूं वड्डा लिआउणा ही पऊगा फ्रिज, नाले असीं कहिड़ा कोई दाज मंगिया थी, घट्टो घट जिहड़ा लोड़ीदा समान है वह तो ठीक दे दिंदी, उत्थे भी वह कंजूसी कर गई, हुण तूं ही दस सुखपाल जे कूलर ते फ्रिज वड्डा दे दिंदी फिर उहनूं की हुंदा थी, सुख तां तैनूं ही होणा थी, नाले किड्डी कि गलती 2-4 हज़ार रुपया वध खर्च दिंदी, उहने तां गलों गलावां लाउण वाली गल करी है कि नहीं करी, तूं ही दस दे सुखपाल। हाँ बेबे। ते फिर किड्डी कंजूसी कर गई, चल कंजूसी नूं तां मार गोला जिहड़ी करगी करगी, पर हुण तेरा घर पट्टण की कोशिश तो ना करे, जस्से ने तो संभली जाणा कदे ना कदे कल नूं, कल नूं पुत जदों साडे कोई जवाक जल्ला हो गया ये आप ही सियाणा हो जूगा। हाँ बेबे। इसे करके पुत मैं तैनूं समझाउणी आ, तू आपदी बेबे दे मांगर बाला ना लग्गिया कर, माड़ियां मोटियां तां गल्लां घरां च हुंदियां ही रहिंदियां ने, तेरी बेबे साडा घर खराब कर दू पुत, तेरी बेबे नूं थोड़ी जी अकल घट है, तेरा भाई भी वो मगर लग जाता, देख पुत मैं तो तेन आपकी धी समझे ता करके तेन समझा रही हाँ। कोई गल नहीं बेबे ठीक। फोन बज पिया देखा की दे सुखपाल दे। हैलो बेबे ये नहीं कदे बंदा बन सकता, अज फिर बिना बेरे गल तो लप्पड़ मारिया।
कोई गल नहीं, जे लप्पड़ मारिया फिर असी की करिए, तू तो सानू बेवकूफी बना छड्डे। जदों मैं तैनू पहला कहा थी भी चार बंदे च गल कर लीए, तू तो मर्जी नाल ही बागी इहदे नाल। हुण फिर तां आउणा नहीं बेबे। नहीं लहू पीणी है आउणी आ, मैं तां मां आउणा पऊगा। तैं तां बाला दुखी करिया पिया सानू, इक तां तू भी साडे अखे नहीं लगदी, की करिए असी आउणे आ सी। ठीक है बेबे। ਇਹ ਗਾਂ ਵੀ ਤੰਗ ਕਰਦੀ ਇਹਨੂੰ ਕੱਟੀ ਨੂੰ। ਹੋਰ ਇਹ ਹੜਦੀ ਨਹੀਂ ਇਹਦੇ ਨਾਲ ਖੈਣੋ। ਹੜਦੀ ਟੱਕਰਾਂ ਹੀ ਵਾਰੀਆਂ ਨੇ, ਪੀੜੀਆਂ ਹੁੰਦੀਆਂ ਨੇ। ਹੋਰ ਹਾਂ ਚੱਲ ਫਿਰ ਤਾਂ ਹੁਣ ਰੁੱਤ ਜੀ ਬਦਲ। ਕਿੱਥੇ ਸਾਡੀ ਕੁੜੀ? ਬਹਿ ਜਾ ਭੈਣ ਜੀ, ਮੇਰੀ ਗੱਲ ਤਾਂ ਸੁਣੋ। ਕੋਈ ਗੱਲ ਕੋਲ ਨਹੀਂ ਸੁਣਦੇ। ਲਿਆ ਸੁਖਪਾਲ ਕੱਪੜੇ ਚੱਕ ਕੇ ਚੱਲੀਏ। ਲਿਆ ਸੁਖਪਾਲ, ਲਿਆ ਇਹਨਾਂ ਨੇ ਤਾਂ ਮਖੌਲੀ ਬਣਾ ਰੱਖਿਆ। ਮੇਰੀ ਗੱਲ ਤਾਂ ਸੁਣੋ ਭੈਣ ਜੀ। ਮੈਂ ਤੇਰੀ ਕੋਈ ਗੱਲ ਨਹੀਂ ਸੁਣਨੀ। ਸੁਖਪਾਲ ਮੈਂ ਤੈਨੂੰ ਕੀ ਕਿਹਾ, ਕੱਪੜੇ ਲੈ ਚੱਕ ਕੇ ਆਉਂਦੇ, ਚੱਲ ਚੱਲੀਏ। ਕਿਹੜਾ ਫਿਰ ਤੂੰ ਸੋ ਰਿਹਾ ਨਹੀਂ ਬਾਈ? ਹੈ ਮੇਰੇ ਮੂਹਰੇ ਆਕੜ ਦੀ ਤੀ ਤਾਂ ਕਰਕੇ ਚਪੇੜਾ ਭੱਜ ਗਿਆ ਮੈਥੋਂ। ਕੋਈ ਗੱਲ ਨਹੀਂ ਕੋਈ ਗੱਲ ਨਹੀਂ, ਤੈਥੋਂ ਤਾਂ ਹਰੇਕ ਵਾਰੀ ਐਂ ਭੱਜ ਜਾਂਦਾ ਚਪੇੜਾ। ਚੱਲ ਸੁਖਪਾਲ ਚੱਲੀਏ, ਫੜਾ ਲਓ ਬੈਗ ਮੈਨੂੰ, ਆ ਜਾ। ਭੈਣ ਜੀ ਮਾੜਾ ਮੋਟਾ ਅਕਲ ਤੋਂ ਕੰਮ ਲਓ, ਆਪਾਂ ਇਹਨਾਂ ਦਾ ਘਰ ਨਹੀਂ ਪੱਟਣਾ। ਕੋਈ ਗੱਲ ਨਹੀਂ, ਮੇਰੀ ਧੀ ਦਾ ਘਰ ਹੈ, ਪੱਟਿਆ ਜਾਣ ਦੇ, ਬਹੁਤ ਹੋ ਗਿਆ, ਹੁਣ ਨਹੀਂ ਅਸੀਂ ਤੁਹਾਡੀਆਂ ਗੱਲਾਂ 'ਚ ਆਉਂਦੇ। ਨਾ ਭੈਣ ਜੀ ਆਪਾਂ ਘਰ ਕਿਉਂ ਪੱਟਣਾ ਭਲਾ? ਚੱਲ ਕੋਈ ਗੱਲ ਨਹੀਂ, ਜੇ ਮੇਰੀ ਕੁੜੀ ਦੇ ਕਰਮਾਂ 'ਚ ਇਹੀ ਲਿਖਿਆ ਬਥੇਰੇ ਚੰਗੇ ਰਿਸ਼ਤੇ ਮਿਲ ਜਾਣਗੇ। ਚੱਲ ਪੁੱਤ ਚੱਲੀਏ। ਮੈਂ ਕਿਤੇ ਨਹੀਂ ਜਾਣਾ ਤੁਹਾਡੇ ਨਾਲ, ਛੱਡ ਮੇਰੇ ਬੈਗ, ਛੱਡ ਮੇਰੀ ਬਾਂਹ। ਹੈਂ ਕਿਉਂ ਨਹੀਂ ਜਾਣਾ ਪੁੱਤ? ਕਿਉਂਕਿ ਤੁਸੀਂ ਮੇਰਾ ਘਰ ਬਰਬਾਦ ਕਰਨ ਨੂੰ ਫਿਰਦੇ ਹੋ, ਭੱਗ ਜਾਓ ਇੱਥੋਂ, ਮੈਂ ਜਾਣਾ ਸਾਡੇ ਨਾਲ। ਹੈਂ ਭੱਗ ਜਾਓ? ਤੂੰ ਤਾਂ ਸਾਨੂੰ ਸੱਦਿਆ ਸੀ। ਆਹੋ ਸੱਦਿਆ ਤੀ ਮੈਂ, ਹੁਣ ਤੁਸੀਂ ਭੱਗ ਜਾਓ ਸਾਡੇ ਘਰੋਂ, ਬਸ ਭੱਗ ਜਾਓ। ਤੇਰਾ ਦਿਮਾਗ ਖਰਾਬ ਹੋ ਗਿਆ ਸੁਖਪਾਲ? ਪਾਗਲ ਹੋ ਗਈ ਸੁਖਪਾਲ ਤੂੰ, ਅਸੀਂ ਤਾਂ ਤੇਰੀ ਮਦਦ ਕਰਨ ਆਏ ਆ। ਮੈਨੂੰ ਨਹੀਂ ਤੁਹਾਡੀ ਮਦਦ ਦੀ ਲੋੜ, ਭੱਗ ਜਾਓ ਤੁਸੀਂ। ਚੱਲ ਚੱਲੀਏ ਜਸਵੀਰ, ਫਿਰ ਆ ਜਾਓ। ਹਾਂ ਅਸੀਂ ਇੱਥੇ ਬੇਇੱਜ਼ਤੀ ਕਰਾਉਣ ਆਏ ਸੀਗੇ। ਇਹ ਇੱਕੋ ਦਮ ਕਿਵੇਂ ਬਦਲ ਗਈ? ਪਹਿਲਾਂ ਤਾਂ ਇਹਨੇ ਆਪਾਂ ਨੂੰ ਸੱਦਿਆ ਸੀ, ਆ ਕੇ ਜੱਸੇ ਨੇ ਚਪੇੜਾ ਮਾਰਿਆ ਮੇਰੇ। ਮੈਂ ਤਾਂ ਆਪ ਇਹੀ ਸੋਚਦਾ, ਇਹ ਤਾਂ ਬੁਝਾਰਤੀ ਬਣ ਗਈ ਕੋਈ। ਹਾਂਜੀ ਸਤਿ ਸ਼੍ਰੀ ਅਕਾਲ, ਸਲਾਮ ਅਦਾਬ ਨਮਸਕਾਰ, ਤੁਸੀਂ ਜੁੜੇ ਹੋ ਪਿੰਡੂ ਬਿਰਸਾ ਦੇ ਨਾਲ। ਹੁਣ ਵਾਰੀ ਹੈ ਤੁਹਾਡੀ ਕਮੈਂਟ ਕਰਨ ਵਾਲਿਆਂ ਦੀ। ਜਸਦੇਵ ਸ਼ਰਮਾ ਮਾਨਸਾ, ਅਭੀ ਸ਼ਰਮਾ ਮਾਨਸਾ, ਜਗਵੰਤ ਸਿੰਘ ਦਿਓਲ, ਪੋਤਾ ਗੁਣਤਾਜ ਸਿੰਘ ਦਿਓਲ, ਬ੍ਰਹਮਪੁਰ ਜ਼ਿਲ੍ਹਾ ਲੁਧਿਆਣਾ, ਦਿਵਮ ਮਾਨਸਾ, ਸਰਬਜੀਤ ਕੌਰ ਢਿੱਲੋਂ, ਕੁਲਵੰਤ ਸਿੰਘ ਅਠਵਾਲ, ਜਗਸੀਰ ਸਿੰਘ ਪੱਕਾ ਬਠਿੰਡਾ, ਅਮਨਦੀਪ ਕੌਰ, ਹਰਮਨਦੀਪ ਕੌਰ ਰਣਕੇ, ਮਨਦੀਪ ਬਾਲਿਆਲ, ਮਲਕੀਤ ਕੌਰ ਐਂਡ ਫੈਮਲੀ, ਮਲਕੀਤ ਸਿੰਘ ਐਂਡ ਫੈਮਲੀ ਅੰਮ੍ਰਿਤਸਰ, ਕੁਸਮ ਜੋਸ਼ੀ, ਬਲਦੇਵ ਸਿੰਘ ਮੈਲਬੋਰਨ ਆਸਟ੍ਰੇਲੀਆ, ਰਾਣੀ ਸ਼ਕੂਰ, ਸੁਖਵਿੰਦਰ ਕੌਰ, ਪਿੰਦਰ ਧਨੌਲਾ, ਬਲਜਿੰਦਰ ਢੰਗਰਾਲੀ, ਮੀਨਾ ਸ਼ਰਮਾ ਮੰਡੀ ਗੋਬਿੰਦਗੜ੍ਹ, ਮਾਸਟਰ ਮੱਲ ਸਿੰਘ ਵੀਰੋਕੇ, ਅੰਗਰੇਜ਼ ਕੌਰ ਤਲਵੰਡੀ ਸਾਬੋ। ਸ਼ੁਕਰੀਆ ਜੀ, ਮਿਹਰਬਾਨੀ ਜਿਹੜਾ ਤੁਸੀਂ ਐਪਰੀਸ਼ੀਏਟ ਕਰ ਰਹੇ ਹੋ। ਹਾਂਜੀ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਵੀ ਜ਼ਰੂਰ ਕਰਿਆ ਕਰੋ, ਸਬਸਕ੍ਰਾਈਬ ਜ਼ਰੂਰ ਕਰ ਲਓ ਚੈਨਲ ਨੂੰ ਜਿਨ੍ਹਾਂ ਨੇ ਨਹੀਂ ਕਰਿਆ ਹੋਇਆ, ਅਤੇ ਬਾਕੀ ਧੰਨਵਾਦ ਤੁਹਾਡਾ ਸਭ ਦਾ।